ਸਤਿ ਸ਼੍ਰੀ ਅਕਾਲ, ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ। ਬੀਤੇ ਦਿਨ ਪਿੰਡ ਔੜ ਦੇ ਕਮਲਜੀਤ ਸਾਜਨ ਉੱਤੇ ਹਮਲੇ ਦੇ ਦੋਸ਼ ਦੇ ਵਿੱਚ ਥਾਣਾ ਔੜ ਦੀ ਪੁਲਿਸ ਵੱਲੋਂ ਕਾਰਵਾਈ ਨੂੰ ਤੇਜ਼ ਕਰਦਿਆਂ ਹੋਇਆਂ 6 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। ਇੱਥੇ ਇਹ ਦੱਸਣਯੋਗ ਹੈ ਕਿ ਕਮਲਜੀਤ ਸਾਜਨ ਲੰਬੇ ਸਮੇਂ ਤੋਂ ਨਸ਼ਾ ਤਸਕਰਾਂ ਦੇ ਖਿਲਾਫ ਸੰਘਰਸ਼ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਦੁਕਾਨ ਤੇ ਆ ਕੇ ਕੁਝ ਹਮਲਾਵਰਾਂ ਨੇ ਹਮਲਾ ਕਰਕੇ ਸਾਜਨ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਦੋਸ਼ੀਆਂ ਤੇ ਕਾਰਵਾਈ ਕਰਨ ਲਈ ਧਰਨਾ ਵੀ ਲਗਾਇਆ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਅੱਜ ਥਾਣਾ ਮੁਖੀ ਬਖਸ਼ੀ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਕਮਲਜੀਤ ਸਾਜਨ ਤੇ ਹੋਏ ਹਮਲੇ ਤੋਂ ਬਾਅਦ ਉਸਦੇ ਬਿਆਨਾਂ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕਰਕੇ 6 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਦੋਂ ਕਿ 3 ਦੋਸ਼ੀਆਂ ਦੀ ਵੀ ਜਲਦ ਗ੍ਰਿਫਤਾਰੀ ਕਰ ਲਈ ਜਾਵੇਗੀ। ਉਹਨਾਂ ਸਪਸ਼ਟ ਕੀਤਾ ਕਿ ਜੇਕਰ ਇਸ ਕੇਸ ਦੇ ਵਿੱਚ ਹੋਰ ਕੋਈ ਮੁਜਰਮ ਨਾਮ ਆਵੇਗਾ ਤਾਂ ਉਸ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਬਲਾਚੌਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਹਰਮੇਲ ਸੁੰਗੜਾ ਦੀ ਰਿਪੋਰਟ। ਜੀ, ਇਹ ਕਮਲਜੀਤ ਸਾਜਨ ਪੁੱਤਰ ਸ਼੍ਰੀ ਹੰਸਰਾਜ, ਰੈਜੀਡੈਂਟ ਆਫ ਨੇੜੇ ਭੱਟ ਮਲਾਪ ਚੌਂਕ ਔੜ, ਇੱਥੇ ਸਾਡੇ ਕਾਰ ਐਕਸੈਸਰੀ ਸਟਿੱਕਰ ਵਗੈਰਾ ਦਾ ਜਿਹੜਾ ਹੈਗਾ ਵਾ ਉਹ ਮੇਨ GT ਰੋਡ 'ਤੇ ਦੁਕਾਨ ਕਰਦੇ ਆ, ਅਤੇ ਮਿਤੀ 21/4/2023 ਨੂੰ ਸ਼ਾਮ 4 ਤੋਂ 4:30 ਦੇ ਦਰਮਿਆਨ ਜਿਹੜਾ ਸੀਗਾ ਇਹਨਾਂ ਦੀ ਦੁਕਾਨ ਦੇ ਉੱਤੇ ਹਮਲਾ ਹੋਇਆ ਸੀਗਾ, ਅਤੇ ਜਿਹਦੇ ਵਿੱਚ ਇਹਨਾਂ ਦੇ ਸੱਟਾਂ ਵੀ ਲਾਈਆਂ ਹਮਲਾ ਕਰਨ ਵਾਲਿਆਂ ਨੇ, ਅਤੇ ਇਹਦੀ ਦੁਕਾਨ ਦੀ ਭੰਨ ਤੋੜ ਵੀ ਕਾਫੀ ਕੀਤੀ ਸੀ। ਉਹਦੇ ਵਿੱਚ ਅਸੀਂ ਸਾਜਨ ਜੀ ਦੀ ਸਟੇਟਮੈਂਟ ਦੇ ਉੱਤੇ ਮੁਕੱਦਮਾ ਨੰਬਰ 23 ਦਾ ਰਜਿਸਟਰ ਕੀਤਾ ਸੀਗਾ ਅੰਡਰ ਸੈਕਸ਼ਨ 450, 307 ਐਟਸੈਟਰਾ IPC, ਰੈਡ ਵਿੱਚ ਸੈਕਸ਼ਨ 120 ਵੀ IPC। ਅਤੇ ਉਹਦੇ ਵਿੱਚ ਹੁਣ ਤੱਕ ਅਸੀਂ ਜਿਹੜਾ ਹੈਗਾ ਵਾ ਉਹ 5 ਦੋਸ਼ੀ ਗ੍ਰਿਫਤਾਰ ਕਰ ਲਏ ਹੈਗੇ ਆ, ਜਿਨ੍ਹਾਂ ਦੇ ਵਿੱਚੋਂ ਜਿਹੜੇ ਜਿਨ੍ਹਾਂ ਨੇ ਸੱਟਾਂ ਮਾਰੀਆਂ ਉਹ ਵੀ, ਅਤੇ ਜਿਹੜੇ ਇਸ ਹਮਲੇ ਨੂੰ ਜਿਹੜਾ ਸੀਗਾ ਉਹ ਅੰਜਾਮ ਦੇਣ ਵਾਸਤੇ ਜਿਹੜੇ ਕ੍ਰਿਮੀਨਲ ਕਾਂਸਪਾਇਰੇਸੀ ਜਿਹਨੂੰ ਬਸ ਸਾਜਿਸ਼ ਮੁਜਰਮਾਨਾ ਕਹਿੰਦੇ ਹੈਗੇ ਆ, ਉਹਦੇ ਵਿੱਚ ਜਿਹੜੇ ਸ਼ਾਮਿਲ ਸੀਗੇ ਉਹ ਵੀ ਗ੍ਰਿਫਤਾਰ ਕਰ ਰਹੇ ਹਾਂ, ਔਰ 2 ਇਹਨਾਂ ਦੇ ਵਿੱਚੋਂ ਜਿਹੜੇ ਹੈਗੇ 5 ਚੋਂ ਉਹ ਆ ਜਿਹੜੇ ਇਹਨਾਂ ਕ੍ਰਿਮੀਨਲ ਕਾਂਸਪਾਇਰੇਸੀ ਦੇ ਵਿੱਚ ਸ਼ਾਮਿਲ ਸੀਗੇ, ਜਿਨ੍ਹਾਂ ਨੂੰ ਪਤਾ ਸੀਗਾ ਔਰ ਜਿਨ੍ਹਾਂ ਨੇ ਇਹ ਸਾਜਿਸ਼ ਰਚ ਕੇ ਜਿਹੜਾ ਸੀਗਾ ਇਹ ਹਮਲਾ ਕਰਵਾਇਆ। ਔਰ ਇਹਦੇ ਵਿੱਚ ਸਾਡੇ ਕਰੀਬ ਜਿਹੜੇ ਨੇਮਡ ਹੈਗੇ ਆ ਹੁਣ ਤੱਕ ਉਹ 3 ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰਨ ਵਾਲੇ ਰਹਿੰਦੇ, ਬਾਕੀ ਅਤੇ ਹੋਰ ਫਰਦਰ ਇਹਨਾਂ ਦੀ ਪੁੱਛਗਿੱਛ 'ਤੇ ਜਿਹੜੇ ਵੀ ਆ ਰਹੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਕਾਨੂੰਨ ਦੇ ਅਨੁਸਾਰ ਨਾਮਜ਼ਦ ਕਰਕੇ ਜੋ ਜੋ ਉਹਨਾਂ ਦਾ ਰੋਲ ਹੈ, ਭੂਮਿਕਾ ਵਾ ਇਸ ਵਾਰਦਾਤ ਦੇ ਵਿੱਚ, ਉਹਦੇ ਅਕੋਰਡਿੰਗਲੀ ਗ੍ਰਿਫਤਾਰ ਕਰ ਰਹੇ ਹੈਗੇ ਆ। ਔਰ ਛੇਤੀ ਅਸੀਂ ਕੋਈ ਕਰੀਬ 24 ਘੰਟੇ ਦੇ ਵਿੱਚ ਵਿੱਚ ਅਸੀਂ ਇਹਨਾਂ 5 ਨੂੰ ਵਿਦ ਜਿਹੜੇ ਡੈਡਲੀ ਵੈਪਨ ਨੇ, ਉਹਨਾਂ ਨੇ ਵੈਪਨ ਜਿਹੜੇ ਯੂਜ਼ ਕੀਤੇ ਹੈਗੇ ਵਾਰਦਾਤ ਦੇ ਵਿੱਚ, ਉਹ ਵੀ ਅਸੀਂ ਅੰਡਰ ਸੈਕਸ਼ਨ 27 ਐਵੀਡੈਂਸ ਐਕਟ ਉਹ ਰਿਕਵਰ ਕਰ ਲਿਆ, ਅਤੇ ਜਿਹੜਾ ਬਾਕੀ ਗੱਡੀਆਂ ਵਾ ਰਹਿੰਦੀਆਂ, ਇੱਕ ਗੱਡੀ ਯੂਜ਼ ਹੋਈ ਕਾਰ, ਇੱਕ ਸਾਡੀ ਉਹ ਰਹਿੰਦੀ ਆ, ਨੇਮ ਜਿਹੜੇ ਤਿੰਨ ਮੁਲਜ਼ਮ ਹੈਗੇ ਉਹ ਰਹਿੰਦੇ ਆ, ਜੇ ਹੋਰ ਵੀ ਜਿਹੜੇ ਦੋਸ਼ੀ ਇਹਦੇ ਵਿੱਚ ਹੋਣਗੇ ਉਹ ਵੀ ਛੇਤੀ ਗ੍ਰਿਫਤਾਰ ਕੀਤੇ ਜਾਣਗੇ। ਸਰ, ਜਿਹੜਾ ਵਾਰਦਾਤ ਦੇ ਵਿੱਚ ਇੱਕ ਮੋਟਰਸਾਈਕਲ ਉਸ ਵੇਲੇ ਫੜ ਲਿਆ ਸੀਗਾ, ਫੜਿਆ ਗਿਆ ਸੀ, ਉਹਦੀ ਕੀ ਭੂਮਿਕਾ ਸੀ, ਕਿਸ ਦਾ ਸੀਗਾ ਉਹ? ਹਾਂਜੀ, ਉਹ ਮੋਟਰਸਾਈਕਲ ਜਿਹੜਾ ਸੀਗਾ ਉਹ ਇੱਕ ਮੁੰਡਾ ਜਿਹੜਾ ਜਿਹੜੇ ਮੇਨ ਮੁੱਖ ਮੁਲਜ਼ਮ ਹੈਗੇ ਆ ਕੰਮ ਹੋਣੀ, ਉਹਨਾਂ ਦੇ ਨਾਲ ਹੀ ਅਕਸਰ ਉਹ ਕਹਿੰਦੇ ਦੱਸਿਆ ਗਵਾਹਾਂ ਨੇ, ਇਹਨਾਂ ਮੁਲਜ਼ਮਾਂ ਨੇ ਵੀ ਰਹਿੰਦਾ ਹੈਗਾ ਵਾ, ਉਹ ਮੋਟਰਸਾਈਕਲ ਉਹ ਸੀਗਾ ਲੈ ਕੇ ਆਇਆ, ਅਤੇ ਉਹ ਮੋਟਰਸਾਈਕਲ ਅਸੀਂ ਵਨ ਬਰਾਮਦ ਕਰ ਲਿਆ, ਪਰ ਆਹ ਛੁੱਟੀਆਂ ਆ ਜਾਣ ਕਰਕੇ ਉਹ ਅਜੇ ਵੈਰੀਫਾਈ ਨਹੀਂ ਹੋਇਆ, ਅਤੇ ਉੱਦਾਂ ਅਸੀਂ ਕੰਸਰਨ ਜਿਹੜਾ ਉਹਦਾ RTO ਆਫਿਸ ਹੈਗਾ ਉਹਨਾਂ ਨੂੰ ਮੇਲ ਕਰਤੀ ਹੈ, ਔਰ ਹਾਰਡ ਕਾਪੀ ਜਿਹੜੀ ਹੈਗੀ ਆ ਉਹ ਲੈਟਰ ਵੀ ਅਸੀਂ ਲਿਖਤਾ, ਸੋਮਵਾਰ ਤੱਕ ਉਹਦਾ ਪਤਾ ਲੱਗ ਸਾਨੂੰ। ਸਰ, ਜਿਹੜੇ ਦੋਸ਼ੀ ਫੜੇ ਗਏ ਆ ਇਹ ਇੱਕੋ ਪਿੰਡ ਦੇ ਜਾਂ ਅਲੱਗ ਅਲੱਗ ਦੇ, ਜਾਂ ਕਿ ਇਹਨਾਂ ਦੇ ਕੋਲ ਪਹਿਲਾਂ ਵੀ ਕ੍ਰਿਮੀਨਲ ਪਰਚਾ ਦਰਜ? ਹਾਂਜੀ, ਇਹਦੇ ਵਿੱਚ 2 ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਤੇ NDPS ਦੇ ਪਰਚੇ ਦਰਜ ਹੈਗੇ ਆ, ਔਰ ਉਹ ਇੱਕ ਦੂਜੇ ਦੇ ਕੇਸਾਂ ਦੇ ਵਿੱਚ ਕੇਸਵਾਰ ਨੇ, ਅਤੇ 2 ਜਿਹੜੇ ਹੈਗੇ ਆ ਉਹ ਫਰੈਸ਼ਰ ਨੇ ਅਜੇ, ਉਹਨਾਂ ਦੇ ਉੱਤੇ ਇਹ ਪਹਿਲਾ ਮੁਕੱਦਮਾ ਦਰਜ ਹੈ। ਸਰ, ਜਿਹਨਾਂ ਦੇ ਪਹਿਲਾਂ ਕੇਸ ਹੈ NDPS, ਕਿਹੜੇ ਪਿੰਡ ਦੇ, ਕੀ ਨਾਮ ਹੈ? ਹਾਂਜੀ, ਇਹ ਜਿਹੜੇ ਹੈਗੇ ਆ 4 ਦੇ ਵਿੱਚੋਂ ਜਿਹੜੇ ਹੈਗੇ ਉਹ ਚੱਕਦਾਨੇ ਪਿੰਡ ਨੂੰ ਬਿਲੋਂਗ ਕਰਦੇ ਆ, ਅਤੇ ਹਰਜੀਤ ਸਿੰਘ, ਆਪਣਾ ਜਤਿੰਦਰ ਸਿੰਘ ਪ੍ਰਿੰਸ, ਅਤੇ ਇੱਕ ਦੂਸਰਾ ਮੁੰਡਾ ਹੈਗਾ ਵਾ ਗੁਰਦੀਪ ਸਿੰਘ, ਹਾਂਜੀ, ਇੱਕ ਮੁੰਡਾ ਜਿਹੜਾ ਹੈਗਾ ਕਰਮਵੀਰ ਕੰਮਾ ਲੰਬੜ, ਉਹ ਔੜ ਨੂੰ ਬਿਲੋਂਗ ਕਰਦਾ ਜੀ। ਇਹ ਜਿਹੜੇ ਦੋਸ਼ੀ ਫੜੇ ਗਏ ਹੈਗੇ ਆ ਜਿਹਨਾਂ ਨੇ ਹਮਲਾ ਕੀਤਾ ਹੈਗਾ,
ਜੀ ਜੋ ਕਮਲਜੀਤ ਸਾਜਨ ਵੱਲੋਂ ਰਿਪੋਰਟ ਦੇ ਵਿੱਚ ਨਾਮ ਦਰਜ ਕਰਵਾਏ ਗਏ ਸੀਗੇ ਉਹਨਾਂ ਵਿੱਚੋਂ ਇੱਕ ਮੁੱਖ ਦੋਸ਼ੀ ਵੀ ਫੜੇ ਗਏ ਹੈਗੇ ਜਿਹੜੇ ਨਾਮ ਖੁਦ ਕਮਲਜੀਤ ਸਾਜਨ ਨੇ ਦਰਜ ਕਰਾਏ ਜਿਹੜੇ ਕਮਲਜੀਤ ਸਾਜਨ ਨੇ ਜਿਹੜੇ ਨਾਂ ਦਰਜ ਕਰਾਏ ਸੀਗੇ ਮੇਨ ਦੋ ਦੇ ਨਾਲ ਉਹਨੇ ਦੋ ਨਾਂ ਹੋਰ ਦੱਸੇ ਸੀਗੇ ਜਿਨ੍ਹਾਂ ਨੂੰ ਉਹਨੇ ਪਛਾਣ ਕੇ ਰੁਕਣ ਲਈ ਆਵਾਜ਼ ਵੀ ਮਾਰੀ ਸੀਗੀ ਉਹ ਜਿਹੜੇ ਦੋ ਬੰਦੇ ਚਾਰ ਜਿਹੜੇ ਨੇਮਡ ਹੈਗੇ ਉਹਨਾਂ ਵਿੱਚੋਂ ਦੋ ਬੰਦੇ ਜਿਹੜੇ ਹੈਗੇ ਆ ਉਹ ਅਸੀਂ ਗ੍ਰਿਫਤਾਰ ਕਰ ਲਿਆ ਦੋ ਅਜੇ ਜਿਹੜੇ ਇਹਨੇ ਨੇਮਡ ਕਰਾਏ ਸੀਗੇ ਪਹਿਲੀ ਬਿਆਨ ਦੇ ਵਿੱਚ ਉਹ ਅਜੇ ਰਹਿੰਦੇ ਹੈਗੇ ਆ ਬਾਕੀ ਤੁਹਾਨੂੰ ਜਿਹੜੇ ਦੱਸਿਆ ਹੈਗਾ ਵਾ ਕਿ ਇਹਨਾਂ ਦੀ ਪੁੱਛਗਿੱਛ ਦੌਰਾਨ ਵੀ ਜਿਹੜੇ ਸਾਡੇ ਕੋਲ ਆ ਰਹੇ ਆ ਉਹ ਵੈਰੀਫਾਈ ਹੋ ਰਹੇ ਹੈਗੇ ਆ ਉਹ ਵੀ ਗ੍ਰਿਫਤਾਰ ਕੀਤੇ ਜਾਣਗੇ ਉਹਨਾਂ 'ਚੋਂ ਦੋ ਅਸੀਂ ਕਰ ਵੀ ਲਏ ਹੈਗੇ ਸਰ ਕੀ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਜਾਂ ਇਹਨਾਂ ਨੂੰ ਹਾਂ ਬਿਲਕੁਲ ਬਿਲਕੁਲ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਕਾਲ ਕਰ ਰਹੇ ਹੈਗੇ ਆ ਔਰ ਰਿਮਾਂਡ ਲੈ ਕੇ ਮੇਨ ਦੋਸ਼ੀ ਹੈਗੇ ਉਹਨਾਂ ਤੱਕ ਪਹੁੰਚਾਂਗੇ ਸਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹਨਾਂ ਦਾ ਅਸੀਂ ਰਿਮਾਂਡ ਜਿਹੜਾ ਉਹ 3 ਦਿਨ ਦਾ ਰੱਖਿਆ ਸੀ ਸਾਨੂੰ 2 ਦਿਨ ਦਾ ਮਿਲਿਆ ਰਿਮਾਂਡ ਅਤੇ ਫਿਰ ਮੰਗਾਂਗੇ ਰਿਮਾਂਡ ਦਾ ਫਿਰ ਲਵਾਂਗੇ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜੇ ਸੀ ਮਤਲਬ ਨਸ਼ੇ ਦੇ ਮਾਮਲੇ ਦੇ ਵਿੱਚ ਫੜੇ ਗਏ ਹੈਗੇ ਆ ਇਹ ਜਿੰਨੇ ਮੁਜਰਮ ਜਾਂ ਜਿੰਨੇ ਵੀ ਦੋਸ਼ੀ ਫੜੇ ਗਏ ਹੈਗੇ ਆ ਇਹ ਕਿੰਨਾ ਕੁ ਫਰਕ ਪੈ ਸਕਦਾ ਆ ਔਰਤ ਦੇ ਵਿੱਚ ਨਸ਼ੇ ਦੀ ਸਪਲਾਈ ਬਹੁਤ ਅਸਰ ਪਵੇਗਾ ਜੀ ਜਿਹੜਾ ਮੁਕੱਦਮਾ ਵਾ ਇਹ ਇੱਕ ਹੀਨਸ ਕ੍ਰਾਈਮ ਦੇ ਵਿੱਚ ਆਉਂਦਾ ਹੈਗਾ ਔਰ ਇਹਦੀ ਬਹੁਤ ਜ਼ਿਆਦਾ ਸਜ਼ਾ ਹੈਗੀ ਆ ਔਰ ਇੱਕ ਤਾਂ ਲੜਨ ਤੋਂ ਵੀ ਲੋਕ ਤੌਬਾ ਕਰਨਗੇ ਅਤੇ ਸੈਕਿੰਡਲੀ ਜਿਹੜਾ ਹੈਗਾ ਵਾ ਉਹ ਕਿਉਂਕਿ ਇਹਦੇ ਵਿੱਚ ਪਤਾ ਨਹੀਂ ਕਿੰਨੀ ਲੰਮੀ ਚੇਨ ਚੱਲਣੀ ਅਜੇ ਕਿਹੜੇ ਕਿਹੜੇ ਹੋਰ ਦੋਸ਼ੀ ਬਣਨੇ ਹੈਗੇ ਆ ਅਤੇ ਇਸ ਕਰਕੇ ਬਹੁਤ ਅਸਰ ਤੁਹਾਨੂੰ ਦਿਖਾਈ ਦੇ ਵੀ ਰਿਹਾ ਹੈਗਾ ਔਰ ਤੁਹਾਨੂੰ ਸ਼ਰੇਆਮ ਸਪਸ਼ਟ ਜਿਹੜਾ ਵਾ ਉਹ ਦਿਖੂਗਾ ਵੀ ਥੈਂਕ ਯੂ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਤੁਹਾਡੇ ਆਪਣੇ ਸ਼ਹਿਰ ਨੰਗਲ ਦੇ ਵਿੱਚ ਅਮੋਲ ਕਾਲੀਆ ਪਾਰਕ ਦੇ ਲਾਗੇ ਆਰ ਕੇ ਹਸਪਤਾਲ ਦੇ ਵਿੱਚ 24 ਘੰਟੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਦੇ ਵਿੱਚ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਮੈਡੀਸਨ ਓਪੀਡੀ ਗਾਇਨੀ ਓਪੀਡੀ ਬੇ ਔਲਾਦ ਜੋੜਿਆਂ ਦੇ ਲਈ ਸ਼ਰਤੀਆ ਇਲਾਜ ਨੋਰਮਲ ਅਤੇ ਸਿਜੇਰੀਅਨ ਡਿਲੀਵਰੀ ਅਤੇ ਹਰ ਤਰ੍ਹਾਂ ਦੇ ਆਪਰੇਸ਼ਨ ਦੂਰਬੀਨ ਦੇ ਮਾਧਿਅਮ ਨਾਲ ਕੀਤੇ ਜਾਂਦੇ ਹਨ ਇਸ ਦੇ ਨਾਲ ਹੀ ਸਾਰੇ ਤਰ੍ਹਾਂ ਦੇ ਹੈਲਥ ਕਾਰਡ ਵੀ ਇੱਥੇ ਚੱਲਦੇ ਹਨ ਸਭ ਤੋਂ ਵੱਡੀ ਗੱਲ ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਅਤੇ ਦਾਖਲੇ ਦੇ ਲਈ 0% ਇੰਟਰਸਟ ਰੇਟ ਉੱਤੇ ਲੋਨ ਵੀ ਉਪਲਬਧ ਕਰਵਾਇਆ ਜਾਂਦਾ ਹੈ 24 ਘੰਟੇ ਦੀ ਸੁਵਿਧਾ ਦੇ ਨਾਲ ਹਸਪਤਾਲ ਦੇ ਵਿੱਚ ਹੀ ਫਾਰਮੇਸੀ ਅਤੇ ਲੈਬੋਰਟਰੀ ਵੀ ਮੌਜੂਦ ਹਨ